ਸ਼ਾਸਤਰੀ ਅਕਾਲ ਦੋਸਤੋ ਚੈਨਲ ਸਟੱਡੀਆਨ ਜੌਬਲਰਸ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋਏ ਹਾਂ ਜੀ ਸਮੇਂ ਦੀ ਸਭ ਤੋਂ ਵੱਡੀ ਤੇ ਤਾਜ਼ਾ ਖਬਰ ਪੰਜਾਬ ਦੇ ਸਕੂਲਾਂ ਕਾਜਾਂ ਨੂੰ ਦਸਰਤ ਤੋਂ ਅਚਾਨਕ ਬਾਅਦ ਇੱਕ ਹੋਰ ਲੋਕਲ ਛੁੱਟੀ ਦਾ ਐਲਾਨ ਪਰ ਇਸ ਕਾਰਨ ਕਰਕੇ ਹੋਵੇਗਾ ਛੁੱਟੀ ਦਾ ਨੁਕਸਾਨ ਤਾਂ ਪਿਆਰੇ ਦਰਸ਼ਕੋ ਅੱਗੇ ਵੀ ਤੁਹਾਨੂੰ ਇਸ ਖਬਰ ਬਾਰੇ ਪੂਰੀ ਜਾਣਕਾਰੀ ਦੰਨੇ ਆ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਸ਼ੁਰੂਆਤ ਕਰ ਰਹੇ ਨੇ ਪੰਜਾਬ ਦੀ ਸਭ ਤੋਂ ਵੱਡੀ ਰਾਸਪਰੀ ਖਬਰ ਤੋਂ ਰਸੋਈ ਦੇ ਹਲ ਤੇ ਸਬਜ਼ੀਆਂ ਸਮੇਤ ਇਹਨਾਂ 11 ਵਸਤਾਂ ਦੇ ਰੇਟ ਘਟੇ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ ਤਾਂ ਦੋਸਤੋ ਤੁਹਾਹਨਾਂ ਦੇ ਨੰਨ ਵਿੱਚ ਆਮ ਲੋਕਾਂ ਨੂੰ ਵੱਡੀ ਖਬਰ ਮਿਲੀ ਹੈ ਦੇਸ਼ ਭਰ ਵਿੱਚ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵੱਡੀ ਘਰਾਬਟ ਆ ਚੁੱਕੀ ਹੈ ਬਾਸਪਤੀ ਕੈਉਦੀ ਕੀਮਤ 152 ਰੁਪਏ ਤੋਂ 148 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਚੁੱਕੀ ਹੈ ਸਰੋਂ ਦੇ ਤੇਲ ਦੀ ਕੀਮਤ 170 ਰੁਪਏ ਤੋਂ ਘਟ ਕੇ 167 ਰੁਪਏ ਪ੍ਰਤੀ ਲੀਟਰ ਆ ਚੁੱਕੀ ਹੈ ਪਿਆਜ਼ ਦੀ ਕੀਮਤ 26 ਰੁਪਏ ਤੋਂ 8% ਦੀ ਘਟ ਕੇ 24 ਰੁਪਏ ਪ੍ਰਤੀ ਕਿਲੋ ਤੇ ਆ ਚੁੱਕੀ ਹੈ ਅਗਲੀ ਖਬਰ ਪੰਜਾਬ ਸਕੂਲਾਂ ਕਾਲਜਾਂ ਨੂੰ ਛੁੱਟੀਆਂ ਦਾ ਸੈਲਸਲਾ ਸ਼ੁਰੂ ਹੋ ਚੁੱਕਿਆ ਹੈ ਜਿਸ ਨਾਲ ਸਾਰੇ ਵਿਦਿਆਰਥੀਆਂ ਦੇ ਚਿਹਰਿਆਂ ਤੇ ਰੌਣਕ ਵਿਖਾਈ ਦੇ ਰਹੀ ਹੈ ਸੋ 9 ਅਕਤੂਬਰ ਪ੍ਰਗਟ ਅਸਵ ਭਗਵਾਨ ਬਾਲਮੀਕ ਜੀ ਹਰ ਸਾਲ ਆ ਭਗਵਾਨ ਬਾਲਮੀਕ ਜੀ ਦਾ ਪ੍ਰਗਟ ਅਸਵ ਬੜੇ ਹੀ ਉਤਮਤਾਵਾਂ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਸਾਰੇ ਸਕੂਲਾਂ ਕਾਲਜਾਂ ਨੂੰ ਸਰਕਾਰੀ ਛੁੱਟੀ ਵੀ ਕੀਤੀ ਜਾਂਦੀ ਹੈ ਪਰ ਜਿਵੇਂ ਕਿ 2 ਅਕਤੂਬਰ ਮਹਾਤਮਾ ਗਾਂਧੀ ਜਨਮ ਦਿਵਸ ਵਾਲੇ ਦਿਨ ਐਂਤਵਾਰ ਆ ਗਿਆ ਸੀ ਤੇ ਵਕਤੋਂ ਛੁੱਟੀ ਨਹੀਂ ਹੋਈ ਸੀ ਉਸੇ ਤਰ੍ਹਾਂ ਹੀ ਦਸਹਿਰੇ ਤੋਂ ਬਾਅਦ ਭਗਵਾਨ ਬਾਲਮੀਕ ਜੀ ਦਾ ਪ੍ਰਗਟ ਉਹ ਸਵੇਰ 9 ਅਕਤੂਬਰ ਦੇ ਐਂਤਵਾਰ ਨੂੰ ਹੀ ਆ ਗਿਆ ਹੈ ਜਿਸ ਕਰਨੇ ਛੁੱਟੀ ਵੀ ਵਿਦਿਆਰਥੀ ਨੂੰ ਨਹੀਂ ਹੋਵੇਗੀ ਕਿਉਂਕਿ ਜੀ ਐਂਤਵਾਰ ਨੂੰ ਤਾਂ ਵੈਸੇ ਵੀ ਛੁੱਟੀ ਹੁੰਦੀ ਹੈ ਤਾਂ ਹੁਣ ਤੱਕ ਇਸ ਤਰ੍ਹਾਂ ਹੀ ਦੋ ਛੁੱਟੀਆਂ ਦੋ ਸਬ ਐਂਤਵਾਰ ਵਾਲੇ ਤਾਂ ਨਹੀਂ ਆ ਚੁੱਕੇ ਨੇ ਜਿਸ ਕਰਨੇ ਇਹਨਾਂ ਉਸ ਦਿਨ ਦਾ ਕੋਈ ਵੀ ਵਕਰੀ ਛੁੱਟੀ ਨਹੀਂ ਦੇਖ ਨੂੰ ਮਿਲੇਗੀ ਤਪਾਰ ਦੇ ਦਰਸ ਕੋਏ ਇਸ ਸਮੇਂ ਸਭ ਤੋਂ ਵੱਡੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਵਾ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਐਂਡ ਦੋਸਤੋ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਵੀਡੀਓ ਲੱਗ ਤੇ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦਸਹਰਾ ਦੇ ਲੱਖ ਲੱਖ ਵਧਾਈਆਂ ਹੋਣ ਮੇਰੇ ਵੱਲੋਂ ਤੇ YouTube ਦੇ ਵੱਲੋਂ ਧੰਨਵਾਦ